ਬੱਚਿਆਂ ਦਾ 12ਵੀਂ ਜਮਾਤ ਦਾ ਪਹਿਲਾ ਪੇਪਰ ਹੈ ਪੰਜਾਬੀ ਦਾ। ਉਸ ਤੋਂ ਬਾਅਦ ਕੋਵਿਡ ਦੀਆਂ ਹਦਾਇਤਾਂ ਜੋ ਸਾਨੂੰ ਪੰਜਾਬ ਬੋਰਡ ਨੇ ਦਿੱਤੀਆਂ ਉਹਨਾਂ ਨੂੰ ਫੋਲੋ ਕਰਕੇ ਅਸੀਂ ਹਰ ਬੱਚੇ ਦੀ ਸਕੈਨਿੰਗ ਕੀਤੀ ਹੈ, ਡਿਸਟੈਂਸ ਨਾਲ ਬੱਚੇ ਬਿਠਾਏ ਹਨ, ਜਿਸ ਤਰ੍ਹਾਂ ਕਿ ਪੰਜਾਬ ਬੋਰਡ ਦੀਆਂ ਹਦਾਇਤਾਂ ਸਨ ਕਿ ਜਿਸ ਤਰ੍ਹਾਂ ਹੀ ਜਿੰਨਾ ਸੀਟਿੰਗ ਪਲਾਨ ਕਿਹਾ ਗਿਆ ਸੀ ਡਿਸਟੈਂਸ ਨਾਲ ਉਵੇਂ ਹੀ ਬਿਠਾਇਆ ਗਿਆ ਹੈ। ਸੈਨੇਟਾਈਜ਼ਰ ਕੁਝ ਬੱਚੇ ਲੈ ਕੇ ਆਏ ਹਨ, ਬਾਕੀ ਸਕੂਲ ਨੇ ਉਹਨਾਂ ਨੂੰ ਪ੍ਰੋਵਾਈਡ ਕਰ ਦਿੱਤੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਪੂਰੇ ਪੰਜਾਬ ਦੇ ਸਾਰੇ ਵਿਦਿਆਰਥੀਆਂ ਦਾ ਪੇਪਰ ਬਹੁਤ ਹੀ ਵਧੀਆ ਜਾਏਗਾ ਤੇ ਸਾਰੇ ਬੱਚਿਆਂ ਦਾ 100% ਰਿਜ਼ਲਟ ਆਏਗਾ। ਪਲੱਸ 2 ਦਾ ਪੇਪਰ ਹੈ। ਅੱਛਾ, ਪਿਛਲੀ ਵਾਰ ਕਰੋਨਾ ਸੀ, ਹੁਣ ਕਿਵੇਂ ਲੱਗ ਰਿਹਾ ਇੱਧਰ ਹੈ? ਸਰ, ਇਸ ਵਾਰ ਕਰੋਨਾ ਤਾਂ ਨਹੀਂ ਹੈ, ਪਰ ਆਪਣੀ ਸੇਫਟੀ ਲਈ ਅਸੀਂ ਮਾਸਕ ਪਾ ਕੇ ਆਏ ਹਾਂ ਤੇ ਸੈਨੀਟਾਈਜ਼ਰ ਲੈ ਕੇ ਆਏ ਹਾਂ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਸਾਡਾ ਪੇਪਰ ਹੈ, ਪੰਜਾਬੀ ਦਾ ਫਸਟ ਪੇਪਰ ਹੈ ਅੱਜ, ਕਰੋਨਾ ਤੋਂ ਬਾਅਦ ਹੁਣ ਪੇਪਰ ਦੇ ਰਹੇ ਹਾਂ। ਕਿਹੜੀ ਕਲਾਸ ਦਾ? ਪਲੱਸ 2। ਤੁਸੀਂ ਕਿਹੜੇ ਸਕੂਲ ਤੋਂ ਆਏ? ਫੀਲ ਖਾਨਾ ਸੀਨੀਅਰ ਸੈਕੰਡਰੀ ਸਕੂਲ। ਇਹ ਕਿਹੜੀ ਜਗ੍ਹਾ ਆਏ ਹੋ? ਪਲੇਵੇ ਸੀਨੀਅਰ ਸੈਕੰਡਰੀ ਸਕੂਲ। ਸਰ, ਐਕਚੁਅਲੀ ਕਰੋਨਾ ਤੋਂ ਬਾਅਦ ਜਿਵੇਂ ਅੱਜ ਅਸੀਂ ਫਸਟ ਟਾਈਮ ਪੇਪਰ ਦੇ ਰਹੇ ਹਾਂ, ਸਾਨੂੰ ਲੱਗਦਾ ਕਿ ਵਧੀਆ ਤਿਆਰੀ ਕਰਕੇ ਆਏ ਹਾਂ ਐਂਡ ਉਮੀਦ ਹੈ ਸਾਨੂੰ ਵੀ ਵਧੀਆ ਪੇਪਰ ਹੋਏਗੇ ਸਾਡੇ। ਅਤੇ ਹੁਣ ਕਰੋਨਾ ਦਾ ਕੋਈ ਇੱਦਾਂ ਦਾ ਕੋਈ ਡਰ ਪੈਦਾ ਨਹੀਂ ਹੈ? ਨਹੀਂ, ਵੈਸੇ ਕੀਤਾ ਤਾਂ ਹੈ ਕਿ ਮਾਸਕ ਐਂਡ ਸੈਨੀਟਾਈਜ਼ਰ ਵਗੈਰਾ ਲੈ ਕੇ ਆਇਆ, ਅਸੀਂ ਲੈ ਕੇ ਵੀ ਆਏ ਹਾਂ, ਬਟ ਇਸ ਟਾਈਮ ਕੋਈ ਸਾਨੂੰ ਉਹ ਹੈ ਨਹੀਂ। ਮੈਰਿਟ ਓਰੀਅਨਟ ਸਕੂਲ ਮੋਹਾਲੀ। ਪੇਪਰ ਕਾਹਦਾ ਸੀਗਾ ਜੀ? ਅੱਜ ਪੰਜਾਬੀ ਦਾ ਪੇਪਰ ਸੀ। ਅੱਛਾ, ਠੀਕ ਹੋਇਆ? ਠੀਕ ਸੀ, ਪੇਪਰ ਆਸਾਨ ਸੀਗਾ? ਕਿਹੜੇ ਸਕੂਲ ਦੇ? ਮੈਰਿਟ ਓਰੀਅਨਟ ਸਕੂਲ ਮੋਹਾਲੀ ਸੈਕਟਰ 70। ਕਿੰਨੇ ਬੱਚੇ ਆਏ ਤੁਸੀਂ? 110 ਬੱਚੇ।